ਸੀਗਾ ਸਰਪੰਚ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ, ਤੂੰ ਦੱਸ? ਬਹੁਤ ਵਧੀਆ ਸਰਪੰਚਾ, ਹੋਰ ਸੁਣਾ? ਠੀਕ ਆ, ਹਾਂ ਚੜ ਠੀਕ ਆ। ਤੇ ਸਰਪੰਚ ਸਾਹਿਬ, ਤੁਸੀਂ ਸਰਪੰਚੀ ਚ ਖੜਨ ਲੱਗੇ ਆ, ਤੁਹਾਡਾ ਨਾਮ ਲਿਖਣ ਆਏ ਆ। ਭੈਣੀ ਆ, ਜਿਵੇਂ ਮਰਜ਼ੀ। ਨਾਮ ਕੀ ਆ ਜੀ? ਨਾਮ ਗੁਰਚਰਨ। ਗੁਰਚਰਨ ਸਿੰਘ ਜੀ, ਸਰਪੰਚ 14 ਸਾਲ ਦਾ ਰਿਕਾਰਡ ਹੈ ਨਾ ਤੁਹਾਡਾ ਜੀ? ਹਾਂ ਹਾਂ ਹਾਂ। ਬਸ ਠੀਕ ਆ ਜੀ। ਪਿੰਡ ਕਿਹੜਾ? ਤੱਲੇਵਾਲ। ਤੱਲੇ ਤੇ ਭੈਣ ਜੀ ਫੁੱਦੀ ਜਾਣਾ ਜੀ, ਤੱਲੇ ਕੇ ਆ। ਹਾਂਜੀ ਪਤਾ ਲੱਗ ਗਿਆ, ਤੱਲੇ ਕੇ ਤੇ। ਬਾਪੂ ਜੀ ਉਮਰ ਕਿੰਨੀ ਆ ਤੁਹਾਡੀ ਜੀ? ਹੋਰ ਭੈਣ 60-65 ਹੋਊਗੀ। 70 ਲਿਖਦਾ ਬਾਪੂ ਜੀ, ਜਿੰਨੀ ਮਰਜ਼ੀ ਲਿਖ। ਆ ਬਾਪੂ ਜੀ ਇੱਥੇ ਸਾਈਨ ਕਰ ਦਿਓ ਜੀ, ਇਹ ਤੁਹਾਨੂੰ ਆਪ ਗ੍ਰਾਂਟ ਆਈ ਹੋਈ ਆ। ਇਹ ਭੈਣ ਜੀ ਤੇਰੀ ਛੋਟੀ ਤੇਰੀ ਦੀ ਗ੍ਰਾਂਟ ਆਈ ਆ, ਮੈਂ ਕਾਹਨੂੰ ਜਾਣਦਾ ਇਹਨੂੰ। ਇੱਥੇ ਆਪਦਾ ਨਾਂ ਲਿਖ ਦਿਓ ਬਾਪੂ ਜੀ, ਸਾਈਨ ਕਰਨੇ ਪੈਣੇ। ਆ ਦੇਖੋ ਭੈਣ ਦਾ ਪੁੱਤਾ ਹਵਾ ਨਾ ਹੋਵੇ, ਸਾਈਨ ਕਰ ਦਿਓ ਜੀ। ਪੱਕਾ ਨਾਮ ਕੀ ਆ ਤੇਰਾ ਪਾਪਾ? ਹੈਂ ਉਹ ਮੈਂਬਰਾ ਮੈਂਬਰਾ ਤੇਰੀ ਭੈਣ ਦਾ ਛੋਲਾ। ਹਾਏ ਪੱਕਾ ਨਾਮ ਆ ਤੇਰਾ? ਕੰਨਾ ਮੰਮੇ ਨੂੰ, ਕੰਨਾ ਮੰਮਾ ਮੰਮੇ ਨੂੰ, ਕੰਨਾ ਮੰਮੇ ਨੂੰ, ਕੰਨਾ। ਇਹਦਾ ਸਰਪੰਚਾ ਮਾਮਾ ਬਣ ਗਿਆ। ਤੇਰੀ ਭੈਣ ਦੀ ਛੋਲੀ, ਆ ਮੈਂ ਕੀ ਲਿਖਣਾ? ਤਾਂ ਲਿਖਦੇ ਲਿਖਦੇ ਯਾਰ, ਭੈਣ ਦਾ ਕੰਡਾ ਹੀ ਹਵਾ ਨਾ ਹੋਵੇ। ਗਲਤੀ ਹੋ ਗਈ ਸਰਪੰਚਾ। ਤੇਰੀ